ਆਪਣੇ ਸਿਵਲ ਹਸਪਤਾਲ ਸੰਗਰੂਰ ਦੇ ਵਿੱਚ ਐਜ਼ ਏ ENT ਸਪੈਸ਼ਲਿਸਟ ਕੋਚਰ ਆ। ਮੈਂ ਅਤੇ ਮੇਰੇ ਪਰਿਵਾਰ ਵੱਲੋਂ ਪੰਜਾਬ ਦੇ ਸਾਰੇ ਲੋਕਾਂ ਨੂੰ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ। ਡਾਕਟਰ ਸਾਹਿਬ, ਜਿਵੇਂ ਕਾਫੀ ਬਿਮਾਰੀਆਂ ਚੱਲ ਰਹੀਆਂ ਨੇ ਗਲੇ ਦੀਆਂ ਜਾਂ ਹੋਰ, ਕੀ ਕਿਸ ਤਰ੍ਹਾਂ ਦਾ ਸੰਦੇਸ਼ ਬੱਚਿਆਂ ਨੂੰ ਜਾਂ ਬਜ਼ੁਰਗਾਂ ਨੂੰ ਜਾਂ ਸਿਆਣਿਆਂ ਨੂੰ ਦੇਣਾ ਚਾਹੋਗੇ? ਹੁਣ ਆਉਣ ਵਾਲੇ ਟਾਈਮ ਦੇ ਵਿੱਚ ਵਾਢੀ ਦੇ ਸੀਜ਼ਨ ਤੋਂ ਬਾਅਦ ਕਾਫੀ ਪੋਲਿਊਸ਼ਨ, ਜਿਵੇਂ ਕਿ ਫਸਲਾਂ ਨੂੰ ਅੱਗ ਲਾ ਦਿੱਤੀ ਜਾਂਦੀ ਹੈ, ਕਾਫੀ ਪੋਲਿਊਸ਼ਨ ਹੋਣ ਦੀ ਸੰਭਾਵਨਾ ਹੈ। ਇਸ ਕਰਕੇ ਇਹ ਲੋਕਾਂ ਅਤੇ ਬੱਚਿਆਂ ਨੂੰ ਇਹੀ ਹੈ ਕਿ ਉਹ ਧੂੰਏ ਤੋਂ ਆਪਣਾ ਬਚਾਅ ਰੱਖਣ ਅਤੇ ਗਿੱਲਾ ਕੱਪੜਾ ਵਗੈਰਾ ਮੂੰਹ 'ਤੇ ਬੰਨ੍ਹ ਕੇ ਰੱਖਣ ਅਤੇ ਧੂੰਏ ਵਾਲੇ ਇਲਾਕੇ ਤੋਂ ਥੋੜ੍ਹਾ ਦੂਰ ਰਹਿਣ।